हेलो हेलो। ओ डैडी जी छड्डो थरा थरा पहला सीन बेड़ा गर्क करके रहता है सीन दा थरा छड्डो ओ दो काम हो गए ना परां ते थां ओ विच थरा आ गया बेड़ा गर्क करता है हुण मैं इहनूं की कहणा ओ डैडी जी छड्डोगा जिहड़ी गल हो गई हो गई आ जे कोई कल नूं गल होऊगी वी ना ते असीं आपे सांभ लांगे ओ तूं हुण की सामना वा जे पिछे लोड़ भी हैगी आ अहीं कदों कहिंदे आ जे लोड़ वा ते लोड़ पूरी कर लैण सॉरी यार मैनूं ध्यान उधर भी हैगा वा ਸਾਰੇ ਮੈਂ ਐਪਰੀਸ਼ੀਏਟ ਕਰਨ ਹੁੰਦੇ ਆ ਹਾਂ ਇਦਾਂ ਬਣਾ ਜਿਹੜਾ ਗਲਤ ਕਰਦਾ ਇਦਾਂ ਗੱਲ 'ਚ ਪਾ ਦੇ ਉਹ ਆਪਣੇ ਪਾਉਣ ਨੂੰ ਪਿੰਡ ਗੱਲ ਸੁਣ ਜੇ ਪਿੱਛੇ ਉਹਨਾਂ ਨੂੰ ਲੋੜ ਆ ਅਸੀਂ ਮਨਾ ਥੋੜ੍ਹਾ ਕਰਦੇ ਹਾਂ ਠੀਕ ਆ ਨਾ ਕਿਤੇ ਵੀ ਲੋੜ ਪੈ ਸਕਦੀ ਹੈ ਉਹਨਾਂ ਨੂੰ ਤੇ ਸਾਨੂੰ ਦੱਸਣਾ ਤਾਂ ਚਾਹੀਦਾ ਨਾ ਉਹ ਚੱਲ ਆਵਾਜ਼ ਮਾਰ ਲਓ ਫਿਰ ਪੁੱਛ ਲਓ ਆਪੇ ਹੀ ਹੁਣ ਉਹਨਾਂ ਇਹ ਆਉਂਦੇ ਕਿਉਂ ਨਹੀਂ ਮੈਂ ਤਾਂ ਕਹੂੰਦਾ ਕਹਿਣ ਡਿਆ ਨਾ ਸੱਦੋ आवाज मारी ही नहीं दस कट के जोबन मैं सुखजिंदर भाजी होना नाल ना यारी दोस्ती पूरी निभाई जोत ये मैसेज किने करते अहीं करते आ तेरे फोन तो मैसेज होए आ अहीं घर दा माहौल खराब हुंदा फिर ठीक है ना जिहड़ी सजाई दा पता लगे मैनूं फोन दो अपना फोन दे दो मैं करके आउणी गल रुपिंदर मेरी गल सुन ओनू कर लेंदे आ फोन नाले उन्हां नूं पता लग जूगा ओह घर दे विच क्यों तमाशा लाउंदे आ ओए तमाशा लाउण वाली थोड़ी गल आ मैं आ गई डैडी कोई गल नहीं हुणे पता लग जाणा भी सच्चाई की आ ओदा ना इक तरीका हैगा वा ते जोत दी मम्मी वी जे आई ना ते मूंह मूंह गल होणी आ ओथे कड़ा ही फोन फुलणे इक दूजे दे ते नहीं गलत हो गया 3 2 1 वैसे ओदा ना एक स्कीम मेरे मन ਦੇ ਵਿੱਚ ਆਉਂਦੀ ਆ ਦੀਪ ਹਾਂਜੀ ਉਹ ਇੱਥੇ ਬੈਠੀ ਆ ਬਾਹਰ ਇੱਥੇ ਵੇਖ ਕਿਦਾਂ ਰੌਲੀ ਪਾਈ ਆ ਨਾ ਜਿਹੜੀ ਗੱਲੋਂ ਡਰਦੀ ਹਾਂ ਨਾ ਉਹੀ ਗੱਲ ਹੋਈ ਆ ਮੈਨੂੰ ਕੀ ਪਤਾ ਸੀ ਰੁਪਿੰਦਰ ਦੀਦੀ ਨੇ ਇੰਨਾ ਖਲਾਰਾ ਪਾ ਦੇਣਾ ਵਾ ਪੱਲੀ ਨਹੀਂ ਜਾਂਦੀ ਯਾਰ चलो मम्मी कहिंदे ते हैगे आ भी मैं साथ दऊंगी तेरा वेखो हुण की बनदा वा मैं कहना हुण कह दित्ता है कोई नहीं मम्मी जी हुणी कहिंदे ते हैगे आ तेरा साथ दवांगे गल पासे लग जे अगे मैं कहना फोन करता वा ते तुसीं घरे रहो हुण आहो रुपिंदर दीदी नूं वी ते लवली भाजी नूं वी क्यों घरे ही रहण चंगा हादी कर ਡੜੀ ਉਹ ਜੋਤ ਨੇ ਨਾ ਕੀਤਾ ਵਾ ਫੋਨ ਪਿੰਡ ਹਾਂ ਤੇ ਉਹ ਕਹਿੰਦੇ ਘੰਟੇ ਤੱਕ ਆ ਪਾ ਜਾਂਦੇ ਆ ਹੈਲੋ ਹੈਲੋ ਉਹ ਡੈਡੀ ਜੀ ਛੱਡੋ ਥਰਾ ਪਹਿਲਾ ਸੀਨ ਬੇੜਾ ਗਰਕ ਕਰਕੇ ਰਹਤਾ ਹੈ ਸੀਨ ਦਾ ਥਰਾ ਛੱਡੋ ਉਹ ਦੋ ਕੰਮ ਹੋ ਗਏ ਨਾ ਪਰਾਂ ਤੇ ਥਾਂ ਉਹ ਵਿੱਚ ਥਰਾ ਆ ਗਿਆ ਬੇੜਾ ਗਰਕ ਕਰਤਾ ਇਹ ਹੁਣ ਮੈਂ ਇਹਨੂੰ ਕੀ ਕਹਿਣਾ ਉਹ ਡੈਡੀ ਜੀ ਛੱਡੋਗਾ ਜਿਹੜੀ ਗੱਲ ਹੋ ਗਈ ਹੋ ਗਈ ਆ ਜੇ ਕੋਈ ਕੱਲ ਨੂੰ ਗੱਲ ਹੋਊਗੀ ਵੀ ਨਾ ਤੇ ਅਸੀਂ ਆਪੇ ਸਾਂਭ ਲਾਂਗੇ ਉਹ ਤੂੰ ਹੁਣ ਕੀ ਸਾਹਮਣਾ ਵਾ ਤੁਹਾਡਾ ਜੀ ਮੇਰਾ ਵਾ ਅੱਜ ਤੁਸੀਂ ਕਹਿੰਦਾ ਵੀ ਅਸੀਂ ਉਹਦੇ ਵਾਸਤੇ ਇਹ ਪਹਿਲ ਅਸੀਂ ਉਹਦੇ ਵਾਸਤੇ ਇੰਨਾ ਕੁਝ ਕੀਤਾ ਵਾ ਤੇ ਉਹ ਕੀ ਪਤਾ ਉੱਥੇ ਹੀ ਨਹੀਂ ਦੇਰੀ ਪੈਸੇ ਉਹਦੇ ਕੋਲ ਵੀ ਪੈਸੇ ਹੁੰਦੇ ਰਹੇ ਆ ਉਹ ਜੇ ਪਿੱਛੇ ਲੋੜ ਵੀ ਹੈਗੀ ਆ ਅਸੀਂ ਕਦੋਂ ਕਹਿੰਦੇ ਆ ਜੇ ਲੋੜ ਵਾ ਤੇ ਲੋੜ ਪੂਰੀ ਕਰ ਲੈਣ ਸੌਰੀ यार मैनू ध्यान उधर भी हैगा वा
ਸਾਰੇ ਮੈਂ ਅਪਰੀਸ਼ੀਏਟ ਕਰਨ ਹੁੰਦੇ ਆ। ਇੱਦਾਂ ਬਣਾ ਜਿਹੜਾ ਗਲਤ ਕਰਦਾ ਇੰਨਾ ਗਲ ਚ ਪਾ ਦੇ ਉਹ ਆਪਣੇ ਪਾਉਣ ਨੂੰ ਪੈਂਦੇ। ਗੱਲ ਸੁਣ, ਜੇ ਪਿੱਛੇ ਉਹਨਾਂ ਨੂੰ ਲੋੜ ਆ ਅਸੀਂ ਮਨਾ ਥੋੜ੍ਹਾ ਕਰਦੇ ਹਾਂ, ਠੀਕ ਆ ਨਾ। ਕਿਤੇ ਵੀ ਲੋੜ ਪੈ ਸਕਦੀ ਹੈ ਉਹਨਾਂ ਨੂੰ ਤੇ ਸਾਨੂੰ ਦੱਸਣਾ ਤਾਂ ਚਾਹੀਦਾ ਨਾ। ਉਹ ਚੱਲ ਆਵਾਜ਼ ਮਾਰ ਲਓ ਫਿਰ ਪੁੱਛ ਲਓ ਆਪੇ ਹੀ ਹੁਣ ਉਹਨਾਂ ਨੂੰ। ਇਹ ਆਉਂਦੇ ਕਿਉਂ ਨਹੀਂ? ਮੈਂ ਤਾਂ ਕਹਾਂ ਤਾਂ ਕਹਿਣ ਡਿਆ ਨਾ ਸੱਦੋ। ਮੇਰੀ ਕੀ ਗੱਲ ਹੋ ਗਈ ਆਵਾਜ਼ ਮਾਰਦੇ? ਆਵਾਜ਼ ਮਾਰੀ ਸੀ। ਨਹੀਂ ਦੱਸ ਜੋਬਨ, ਮੈਂ ਸੁਖਜਿੰਦਰ ਭਾਅ ਜੀ ਹੁਣਾਂ ਨਾਲ ਨਾ ਯਾਰੀ ਦੋਸਤੀ ਪੂਰੀ ਨਿਭਾਈ। ਜੋਤ, ਇਹ ਫਿਰ ਮੈਸੇਜ ਕਿਹਨੇ ਕਰਤੇ ਆ? ਅਸੀਂ ਕਰਤੇ ਆ? ਤੇਰੇ ਫੋਨ ਤੋਂ ਮੈਸੇਜ ਹੋਏ ਆ? ਅਸੀਂ ਘਰ ਦਾ ਮਾਹੌਲ ਖਰਾਬ ਹੁੰਦਾ ਫਿਰ, ਠੀਕ ਹੈ ਨਾ। ਜਿਹੜੀ ਸਜਾਈ ਦਾ ਪਤਾ ਲੱਗੇ ਮੈਨੂੰ ਫੋਨ ਦਿਓ, ਆਪਣਾ ਫੋਨ ਦੇ ਦਿਓ, ਮੈਂ ਕਰਕੇ ਆਉਣੀ ਗੱਲ। ਰੁਪਿੰਦਰ ਮੇਰੀ ਗੱਲ ਸੁਣ, ਉਹਨੂੰ ਕਰ ਲੈਂਦੇ ਆ ਫੋਨ, ਨਾਲੇ ਉਹਨਾਂ ਨੂੰ ਵੀ ਪਤਾ ਲੱਗ ਜੂਗਾ। ਉਹ ਘਰ ਦੇ ਵਿੱਚ ਕਿਉਂ ਤਮਾਸ਼ਾ ਲਾਉਂਦੇ ਆ? ਉਹ ਇਹ ਤਮਾਸ਼ਾ ਲਾਉਣ ਵਾਲੀ ਥੋੜੀ ਗੱਲ ਵਾ। ਮੈਂ ਆ ਗਈ ਡੈਡੀ, ਕੋਈ ਗੱਲ ਨਹੀਂ, ਹੁਣੇ ਪਤਾ ਲੱਗ ਜਾਣਾ ਵੀ ਸੱਚਾਈ ਕੀ ਆ। ਉਦਾਂ ਨਾ ਇੱਕ ਤਰੀਕਾ ਹੈਗਾ ਵਾ, ਤੇ ਜੋਤ ਦੀ ਮੰਮੀ ਵੀ ਜੇ ਆਈ ਨਾ ਤੇ ਮੂੰਹ ਮੂੰਹ ਗੱਲ ਹੋਣੀ ਆ, ਉੱਥੇ ਕਿਹੜਾ ਹੀ ਫੋਨ ਫੁੱਲਣੇ ਇੱਕ ਦੂਜੇ ਦੇ, ਤੇ ਨਹੀਂ ਗਲਤ ਹੋ ਗਿਆ। ਵੈਸੇ ਉਦਾਂ ਨਾ ਇੱਕ ਸਕੀਮ ਮੇਰੇ ਮਨ ਦੇ ਵਿੱਚ ਆਉਂਦੀ ਆ। ਦੀਪ, ਹਾਂਜੀ, ਉਹ ਇੱਥੇ ਬੈਠੀ ਆ, ਬਾਹਰ ਇੱਥੇ ਵੇਖ ਕਿਦਾਂ ਰੌਲੀ ਪਾਈ ਆ ਨਾ। ਜਿਹੜੀ ਗੱਲੋਂ ਡਰਦੀ ਹਾਂ ਨਾ ਉਹੀ ਗੱਲ ਹੋਈ ਆ। ਮੈਨੂੰ ਕੀ ਪਤਾ ਸੀ ਰੁਪਿੰਦਰ ਦੀਦੀ ਨੇ ਇੰਨਾ ਖਲਾਰਾ ਪਾ ਦੇਣਾ ਵਾ। ਚਲੋ, ਮੰਮੀ ਕਹਿੰਦੇ ਤੇ ਹੈਗੇ ਆ ਵੀ ਮੈਂ ਸਾਥ ਦਊਂਗੀ ਤੇਰਾ, ਵੇਖੋ ਹੁਣ ਕੀ ਬਣਦਾ ਵਾ। ਮੈਂ ਕਹਿਣਾ ਹੁਣ ਕਹਿ ਦਿੱਤਾ ਕੋਈ ਨੀ, ਮੰਮੀ ਜੀ ਹੁਣੀ ਕਹਿੰਦੇ ਤੇ ਹੈਗੇ ਆ ਤੇਰਾ ਸਾਥ ਦੇਵਾਂਗੇ, ਗੱਲ ਪਾਸੇ ਲੱਗ ਜੇ। ਅੱਗੇ ਮੈਂ ਕਹਿੰਦਾ ਵੀ ਫੋਨ ਕਰਤਾ ਵਾ ਤੇ ਤੁਸੀਂ ਘਰੇ ਰਹੋ ਹੁਣ। ਆਹੋ, ਰੁਪਿੰਦਰ ਦੀਦੀ ਨੂੰ ਵੀ ਤੇ ਲਵਲੀ ਭਾਜੀ ਨੂੰ ਵੀ ਕਿਉਂ ਘਰੇ ਹੀ ਰਹਿਣ? ਚੰਗਾ, ਹਾਦੀ ਕਰ ਜਿਹੜੀ ਉਹ ਜੋਤ ਨੇ ਨਾ ਕੀਤਾ ਵਾ ਫੋਨ ਪਿੰਡ, ਹਾਂ, ਤੇ ਉਹ ਕਹਿੰਦੇ ਘੰਟੇ ਤੱਕ ਆਪਾਂ ਆ ਜਾਂਦੇ ਹਾਂ।